ਇੱਕ ਅਹਿਮ ਪੁਆਇੰਟ ਹੈ, ਅੱਜ ਦੋ ਥਾਂ ਤੇ ਅੱਜ ਜਿਹੜੀ ਹੈਗੀ ਤੁਹਾਡੀ ਮਹਾਂ ਪੰਚਾਇਤ ਹੋ ਰਹੀ ਹੈ, ਦੂਜੇ ਪਾਸੇ ਉਹ ਗ੍ਰਾਹਾਂ ਦੀ ਹੈ, ਕਿਸ ਤਰ੍ਹਾਂ ਵੇਖ ਸਕਦੇ ਹੋ ਅੱਜ ਤੁਹਾਡੇ ਮੁੱਦੇ ਨੂੰ ਲੈ ਕੇ ਪਾਣੀ ਦੇ ਮੁੱਦੇ ਤੁਹਾਡੇ ਲੇਕਿਨ ਲਗਾਤਾਰ ਜਿਹੜਾ ਤੁਸੀਂ ਚੁੱਕ ਰਹੇ ਹੋ? ਦੇਖੋ ਕੁਝ ਇਸ਼ੂਜ਼ ਨੇ ਜਿਹੜੇ ਪ੍ਰਾਇਰਟੀ ਮੰਗਦੇ ਨੇ। ਇਹ ਨਹੀਂ ਵੀ ਖੇਤੀ ਨੀਤੀ ਅਸੀਂ ਨਹੀਂ ਚਾਹੁੰਦੇ, ਪਰ ਪ੍ਰਾਇਰਟੀ ਅੱਜ ਇਹ ਹੈ ਵੀ ਇੱਕ ਤਾਂ ਪਾਣੀ ਦਾ ਹਾਲ, ਇੱਕ ਰਿਪੋਰਟ ਪੇਸ਼ ਹੋ ਗਈ ਪਾਰਲੀਮੈਂਟ 'ਚ ਵੀ ਧਰਤੀ ਹੇਠਲਾ ਪਾਣੀ ਪੰਜਾਬ ਦਾ ਸਾਰਾ ਹੀ ਕੈਂਸਰਸ ਹੋ ਗਿਆ ਤੇ ਕੀ ਲੋਕਾਂ ਨੂੰ ਮਾਰ ਦੇਣਾ ਪਾਣੀ ਤੇ ਨਾ ਲੜਿਆ ਜਾਏ, ਇੱਕ ਗੱਲ। ਆਉਣ ਵਾਲੀ ਫਸਲ ਵਿਕਣੀ ਨਹੀਂ, ਇਹ ਕੀ ਇਹਦਾ ਇਸ਼ੂ ਨਾ ਰੇਜ਼ ਕੀਤਾ ਜਾਏ? ਤੋ DAP ਮਿਲ ਨਹੀਂ ਰਿਹਾ, ਇਹ ਪ੍ਰਾਇਰਟੀ ਮੰਗਦੇ ਨੇ ਜਿਹੜੇ ਇਮੀਡੀਏਟ ਅਗਲੀ ਫਸਲ ਸਾਡੀ ਬਿਜਾਈ ਨਹੀਂ ਹੋਣੀ, ਉਧਰ ਫਸਲ ਦੀ ਕਟਾਈ ਨਹੀਂ ਹੋਣੀ, ਤੇ ਸਾਨੂੰ ਵੀ ਉਹ ਸਾਰਾ ਪਤਾ ਹੈ, ਪਰ ਇਹ ਕਈ ਵਾਰੀ ਪਤਾ ਨਹੀਂ ਕੀ ਹੋ ਜਾਂਦਾ ਕੁਛ ਲੋਕਾਂ ਨੂੰ, ਉਹ ਉਹਨਾਂ ਪ੍ਰਾਇਰਟੀਜ਼ ਇੱਦਾਂ ਕਿਉਂ ਫਿਕਸ ਕਰਦੇ ਨੇ। ਪਰ ਇੱਕ ਗੱਲ ਮੇਰੀ ਬੇਨਤੀ ਹੈ ਸਾਰੇ ਜਿੰਨੇ ਕਿਸਾਨ ਜਥੇਬੰਦੀਆਂ ਹੈ ਵੀ ਏਡਾ ਵੱਡਾ ਖੇਤੀ ਸੰਕਟ ਹੈ, ਇਹ ਸੰਕਟ 'ਚ ਅੱਜ ਸਾਨੂੰ ਈਗੋ ਈਰਖਾ ਇਹ ਛੱਡਣੀ ਪਊ। ਜੇ ਤੁਸੀਂ ਲੜਨਾ, ਸਰਕਾਰਾਂ ਬਹੁਤ ਡਾਢੀਆਂ ਨੇ, ਸਰਕਾਰਾਂ ਨੂੰ ਕੋਈ ਕਿਸਾਨ ਦੀ ਫਿਕਰ ਨਹੀਂ, ਕਿਸਾਨੀ ਡੁੱਬਣ ਵਾਲੀ ਹੈ। ਜੇ ਇਸੇ ਤਰ੍ਹਾਂ ਰਹਿਣਾ ਤਾਂ ਫਿਰ ਉਹਨਾਂ ਨੂੰ ਲਾਭ ਹੁੰਦਾ, ਇਹ ਸਾਨੂੰ ਸਾਰਿਆਂ ਨੂੰ ਆਪਸ 'ਚ ਜਿਹੜਾ ਡਿਸਪਿਊਟ ਪੈਂਦਾ ਤਾਂ ਹੋਣਾ ਹੀ ਨਹੀਂ ਚਾਹੀਦਾ। ਦੇਰ ਇਜ਼ ਨੋ ਪੋਲੀਟੀਕਲ ਔਰ ਨਾਨ ਪੋਲੀਟੀਕਲ, ਮੈਂ ਆਈ ਡੋਂਟ ਬਿਲੀਵ ਇਨ ਦਿਸ। ਇਹ ਵੀ ਐਵੇਂ ਸਵਾਲ ਤਾਂ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਕਿਸਾਨ ਦੂਜੇ ਪਾਸੇ ਕਿਤੇ ਨਾ ਕਿਤੇ ਆਪਸ 'ਚ ਜਿਹੜਾ ਵਿਵਾਦ, ਨਾ ਸਾਡੇ 'ਚ ਕੋਈ ਵਿਵਾਦ ਨਹੀਂ, ਔਰ ਮੈਨੂੰ ਮੈਂ ਤਾਂ ਇਹਦੇ ਤੋਂ ਅਫਸੋਸ ਹੀ ਕਰ ਸਕਦਾ। ਉਹਨਾਂ ਨਾਲ ਕੋਈ ਇਤਰਾਜ਼ ਨਹੀਂ, ਜੋ ਆ ਕੇ ਬਹਿ ਗਏ ਉਹਨਾਂ ਨੇ ਉਹਨਾਂ ਦੀ ਆਪਣੀ ਸੋਚ ਹੈ, ਪਰ ਮੇਰੀ ਰਿਕੁਐਸਟ ਹੈ, ਹੰਬਲ ਰਿਕੁਐਸਟ ਹੈ ਵੀ ਅੱਜ ਜਿੱਥੇ ਕਿਸਾਨੀ ਫਸ ਕੇ ਖੜ ਗਈ, ਏਡਾ ਗੰਭੀਰ ਸੰਕਟ ਹੁੰਦਾ ਜਾ ਰਿਹਾ ਦਿਨ ਬ ਦਿਨ, ਤੇ ਇਹਦੇ 'ਚ ਸਾਨੂੰ ਆਪਣੀ ਪ੍ਰਾਇਰਟੀਜ਼ ਤੈਅ ਕਰਨੀਆਂ ਪੈਣਗੀਆਂ। ਇਮੀਡੀਏਟ ਪ੍ਰਾਇਰਟੀ ਕੀ ਹੈ? ਇਮੀਡੀਏਟ ਪ੍ਰਾਇਰਟੀ ਜਿਸ ਤਰ੍ਹਾਂ ਦੀ ਲੱਗਦਾ ਕਿ ਪਾਣੀ ਦਾ ਮੁੱਦਾ ਜਾਂ ਫਿਰ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਹ ਪ੍ਰਾਇਰਟੀ ਜਿਹੜੀ ਹੈਗੀ ਹੈ, ਤੁਸੀਂ ਬੜੀ ਸੈਂਸੇਸ਼ਨਲ ਜਿਹੜਾ ਰੈਵੋਲੂਸ਼ਨ ਹੋਇਆ ਪਾਰਲੀਮੈਂਟ ਦੇ ਵਿੱਚ ਵੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਪਾਣੀ ਕੈਂਸਰਸ ਹੋ ਗਿਆ, ਔਰ ਅਸੀਂ ਉਹੀ ਪਾਣੀ ਪੀਂਦੇ ਹਾਂ। ਅਸੀਂ ਪਹਿਲਾਂ ਤਾਂ ਸਰਕਾਰ ਨੂੰ ਕਹੀਏ ਵੀ ਸਾਨੂੰ ਪੀਣ ਵਾਲਾ ਪਾਣੀ ਘਰਾਂ ਦੇ ਵਿੱਚ ਵੀ, ਹਰ ਸ਼ਹਿਰ 'ਚ, ਹਰ ਪਿੰਡ 'ਚ ਤੇ ਸਾਡੇ ਖੇਤਾਂ ਵਿੱਚ, ਕਿਉਂਕਿ ਜਿਹੜੀ ਨੈਕਸਟ ਲੇਅਰ ਹੈ ਉਹ ਪਾਣੀ ਨਾ ਖੇਤਾਂ ਨੂੰ ਲਾਉਣ ਵਾਲਾ, ਨਾ ਉਹ ਪੀਣ ਵਾਲਾ, ਤੇ ਜੇ ਖੇਤੀ ਨਹੀਂ ਹੋਣੀ ਫਿਰ ਬਾਕੀ ਡਿਮਾਂਡਸ ਕਿੱਥੇ ਰਹਿ ਗਈਆਂ? ਲੇਕਿਨ ਉਗਰਾਹਾਂ ਕਹਿੰਦਾ ਹੈ ਕਿ ਕਿਸਾਨ ਕਰਜ਼ਾ ਮਾਫੀ ਜਾਂ ਫਿਰ ਖੇਤੀ ਨੀਤੀ ਨੂੰ ਲੈ ਕੇ ਮੈਂ ਕਿਸੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ, ਉਹਦਾ ਤਰੀਕਾ ਹੈ, ਉਹ ਕਦੀ ਸਾਡਾ ਪਾਰਟ ਬਣੇ ਹੀ ਨਹੀਂ। ਉਹ ਕਹਿੰਦੇ ਜੀ ਅਸੀਂ ਇੰਡੀਪੈਂਡੈਂਟ ਹਾਂ, ਪਰ ਮੇਰੀ ਰਿਕੁਐਸਟ ਹੈ, ਮੈਂ ਉਹਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਬਿਲਕੁਲ, ਉਹ ਕੁਛ ਸੋਚ ਕੇ ਆਏ ਹੋਣੇ ਆ। ਮੈਂ ਸਮਝਦਾ ਵੀ ਪਹਿਲਾਂ ਕਿਸਾਨੀ ਨੂੰ ਬਚਾ ਲਓ, ਇਹ ਸਾਰਾ ਕੁਛ ਹੋ ਜਾਏਗਾ। ਔਰ ਜੇ ਅਸੀਂ ਈਗੋ ਛੱਡ ਦਈਏ, ਜੇ ਅਸੀਂ ਜੈਲਸੀ ਛੱਡ ਦਈਏ, ਤਾਂ ਅਸੀਂ ਹਰ ਕੁਛ ਤੈਅ ਕਰਾ ਸਕਦੇ। ਅੱਜ ਇਹਨਾਂ ਦਾ ਵਿਧਾਨ ਸਭਾ ਦੇ ਕੁਝ ਦੀ ਵੀ ਤਿਆਰੀ ਹੈ, ਤੁਹਾਡਾ ਕੀ ਪ੍ਰੋਗਰਾਮ ਹੈ ਅੱਜ ਇੱਕ ਦਿਨ ਲਈ? ਸਾਡੀ ਇੱਥੇ ਕਾਨਫਰੰਸ ਹੈ, ਅਸੀਂ ਮੈਮੋਰੈਂਡਮ ਦੇਵਾਂਗੇ। ਠੀਕ ਹੈ।